ਫਰੀਦਕੋਟ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ, ਜਿਸ ਦੌਰਾਨ 3 ਗੈਂਗਸਟਰ ਜ਼ਖਮੀ ਹੋਏ ਹਨ ਜਦਕਿ 1 ਭੱਜਣ 'ਚ ਸਫਲ ਰਿਹਾ ਹੈ। ਜ਼ਖਮੀ ਗੈਂਗਸਟਰਾਂ ਨੂੰ ਫਰੀਦਕੋਟ ਦੇ GGS ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਦੇ ਮੁਤਾਬਕ ਫੜੇ ਗਏ ਗੈਂਗਸਟਰ ਗੋਲਡੀ ਬਰਾੜ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਇਸ ਸਾਰੇ ਮਾਮਲੇ ਸੰਬੰਧੀ ਫਰੀਦਕੋਟ ਦੇ SP ਜਸਮੀਤ ਸਿੰਘ ਨੇ ਹੋਰ ਜਾਣਕਾਰੀ ਦਿੱਤੀ ਹੈ। ਇੱਦਾਂ ਜੀ, ਜਿਹੜੀ CGA ਫਰੀਦਕੋਟ ਦੀ ਟੀਮ ਹੈ ਆਪਣੀ 5 ਗਰਾਈ ਤੋਂ ਔਲਖੀ ਰੋਡ 'ਤੇ ਗਸ਼ਤ ਕਰ ਰਹੀ ਸੀ ਅਤੇ ਜਦ ਕਿ ਇਹਨੂੰ ਪਤਾ ਲੱਗਾ ਕਿ ਕੋਈ ਅਣਪਛਾਤੇ ਵਿਅਕਤੀ ਕਿਸੇ ਵਾਰਦਾਤ ਦੀ ਤਾਕ 'ਚ ਲੱਗੇ ਫਿਰਦੇ ਆ ਅਤੇ ਉੱਥੇ ਜਦੋਂ ਇਹਨਾਂ ਨੇ ਉਸ ਪਾਸੇ ਗਏ ਇਸ ਚੀਜ਼ ਨੂੰ ਵੈਰੀਫਾਈ ਕਰਨ ਅਤੇ ਅੱਗੇ ਤੋਂ ਜਿਹੜੇ ਹੈਗੇ ਆ ਬੰਦੇ ਸੀ ਜਿਹੜੇ 4 ਨੰਬਰ ਸੀ ਅਤੇ ਉਹਨਾਂ ਨੇ ਇਹਨਾਂ 'ਤੇ ਅਨਪ੍ਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਹੈ। ਉਸ 'ਚ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਬਚਾਅ ਲਈ ਫਾਇਰਿੰਗ ਕੀਤੀ ਹੈਗੀ ਆ। 3 ਬੰਦੇ ਅਸੀਂ ਜਿਵੇਂ ਕਿ ਕਹਿੰਦੇ ਆ ਉੱਥੇ ਮੌਕੇ 'ਤੇ ਹੀ ਫੜਲੇ ਹੈਗੇ। 1 ਬੰਦਾ ਹਜੇ ਐਪਰੀਹੈਂਡ ਕਰਨਾ, ਉਹ ਫਿਰ ਇਸ ਚੀਜ਼ ਦਾ ਫਾਇਰਿੰਗ ਦਾ ਕੋਡ ਆਰਡਰ ਓਟ ਲੈ ਕੇ ਅਤੇ ਉੱਥੋਂ ਭੱਜਣ 'ਚ ਕਾਮਯਾਬ ਹੋਇਆ। ਸਰ, ਦੀ ਫਾਇਰਿੰਗ ਨਾਲ ਜਿਹੜੇ 3 ਲੋਕ ਜ਼ਖਮੀ ਹੋਏ, ਕਿੱਥੇ ਕਿੱਥੇ ਇਹਨਾਂ ਦੇ ਕੋਲ? ਇਹਨਾਂ ਦੇ ਜ਼ਿਆਦਾਤਰ ਜਿਹੜੇ ਕਹਿੰਦੇ ਲੈਗਸ 'ਚ ਹੀ ਲੱਗੀਆਂ ਜੀ, ਅਤੇ ਬਾਕੀ ਹਜੇ ਡਾਕਟਰ ਇਲਾਜ ਕਰ ਰਹੇ ਨੇ। ਮੁੱਢਲੀਆਂ ਦੇ ਹੋਰ ਜੇ ਕਿਤੇ ਹੋਏਗੀ ਤਾਂ ਉਹ ਡਾਕਟਰਾਂ ਪਤਾ ਕਰਨਗੇ। ਸਰ, ਉਹਨਾਂ ਵੱਲੋਂ ਸਰ ਕੋਈ ਨਾ ਕੋਈ ਫਾਇਰਿੰਗ ਕੀਤੀ? ਉਹਨਾਂ ਨੂੰ ਵੀ ਕੀਤਾ, ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ, ਅਨਪ੍ਰੋਵੋਕਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ। ਅਸੀਂ ਤਾਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਜੇ ਤੇ, ਉਹਨਾਂ ਨੇ ਪੁਲਿਸ ਪਾਰਟੀ ਵੇਖਦੇ ਸਾਰੀ ਗੋਲੀ ਚਲਾ ਦਿੱਤੀ। ਸਰ, ਕਿਸੇ ਗੈਂਗ ਨਾਲ ਵੀ ਸੰਬੰਧਤ ਹੈ ਇਹ? ਹਜੇ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿ ਕਿਉਂ ਇਹਨਾਂ ਨੇ ਸੱਚੀ ਫਰਾਰ ਵੀ ਦੱਸਿਆ ਜਾ ਰਿਹਾ ਨਾ? ਹਾਂਜੀ ਹਾਂਜੀ, ਮੁਲਾਜ਼ਮਾਂ ਦਾ ਵਿਚਾਰ ਹੈ? ਮੁਲਾਜ਼ਮਾਂ ਦਾ ਵਿਚਾਰ। ਕੋਈ ਅਸਲਾ ਵੀ ਮਿਲਿਆ ਸੀ? ਅਸਲਾ ਕਿਹੜਾ ਜੀ? ਮਿਲਿਆ ਜੀ, ਇੱਕ ਮਿਲਿਆ। ਪਹਿਚਾਣ ਇਹਨਾਂ ਨੂੰ ਮੈਡੀਕਲ ਏਡ ਦਵਾਈਏ ਅਤੇ ਫਿਰ ਉਸ ਤੋਂ ਬਾਅਦ ਸਾਰਾ ਕੁਝ ਪੁੱਛ ਕੇ ਪੜਤਾਲ ਕਰ। ਇਹਨਾਂ 'ਚ ਮੁੱਖ ਜਿਹੜਾ ਸਰਗਣਾ ਹੈ ਹਰਿਆਣੇ ਦਾ ਦੱਸਿਆ ਜਾ ਰਿਹਾ ਸੋਨੀਪਤ ਦਾ? ਹਾਂਜੀ ਜੀ, ਮੈਂ ਫਿਰ ਇਹੀ ਕਹਿ ਰਿਹਾ ਕਿ ਹਜੇ ਪਹਿਲਾਂ ਇਹਨਾਂ ਨੂੰ ਇਹ ਹਜੇ ਮੈਡੀਕਲ ਏਡ ਦਵਾ ਰਹੇ ਇੱਥੇ ਐਮਰਜੈਂਸੀ 'ਚ ਆਪਾਂ ਦਾਖਲ ਕਰਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ। ਇਹ ਬਾਕੀ ਕੀ ਹੈ, ਕੀ ਇਹਨਾਂ ਦਾ ਪਰਪਸ ਸੀ, ਕਿੱਥੇ ਬਿਲੋਂਗ ਕਰਦੇ ਨੇ, ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ, ਇਹ ਥੋੜ੍ਹੇ ਸਮੇਂ ਤੱਕ ਇਹਨਾਂ ਨੂੰ ਪੁੱਛ ਪੜਤਾਲ ਕਰਕੇ ਫਿਰ ਸਾਰਾ ਕੁਝ ਜਾਇਆ ਹੋਏਗਾ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।